ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਪ੍ਰਦੀਪ, ਤੁਸੀਂ ਦੇਖ ਰਹੇ ਹੋ ਪ੍ਰਦੀਪ ਬਲੌਗ, ਅਤੇ ਅੱਜ ਦੇ ਬਲੌਗ ਦੇ ਵਿੱਚ ਮੈਂ ਤੁਹਾਨੂੰ ਦਿਖਾਉਣਾ ਵੀ ਬੁਲਟ ਕਾਫੀ ਸਾਫ਼ ਸੁਥਰਾ, ਮੂਹਰੋਂ ਮੂਹਰੋਂ ਉੱਪਰੋਂ ਉੱਪਰੋਂ, ਪਰ ਤੁਸੀਂ ਟਾਇਰ ਦੇਖੋਗੇ ਤਾਂ ਦੇਖੋ ਇੰਨਾ ਖਰਾਬ। ਤਾਂ ਪਤਾ ਕੀ ਆ, ਇਹ ਤਾਂ ਮੀਨ ਏਰੀ ਕਰਕੇ ਨਾ ਉਹ ਛੱਪ ਗਿਆ ਸੀ, ਫਿਰ ਮੈਂ ਤਾਂ ਕੀਤਾ, ਅਤੇ ਮੈਂ ਧੋਤਾ ਨਹੀਂ ਹੈਗਾ, ਸਿਰਫ ਪਾਣੀ ਫਿਰਤਾ ਛੂੰ ਛੂੰ ਸਾਰੇ ਬੁਲਟ 'ਤੇ, ਅਤੇ ਉਹਦੇ ਬਾਅਦ 'ਚ ਜਿਹੜੇ ਜਿੱਥੇ ਇੱਥੇ ਸੀ ਉੱਥੇ ਮੈਂ ਸਾਫ਼ ਕਰਤਾ, ਤਾਂ ਕਰਕੇ ਉਹ ਸਾਫ਼ ਹੋ ਗਿਆ। ਟਾਇਰਾਂ 'ਤੇ ਉਹ ਨਹੀਂ ਮਾਰਿਆ, ਉਹ ਜਿੰਨੀ ਗਿੱਲੇ ਹੋ ਗਏ ਕਾਲੇ ਹੋਏ ਸੀਗੇ, ਸੁੱਕ ਕੇ ਫਿਰ ਉਵੇਂ ਹੋ ਗਏ, 1% ਨਹੀਂ ਟਾਇਰਾਂ ਨੂੰ ਫਰਕ ਪਿਆ। ਹੁਣ ਆਪਾਂ ਹੀ ਕਰਦੇ ਹਾਂ, ਪਹਿਲਾਂ ਮਾੜਾ ਜਿਹਾ ਸਾਫ਼ ਕਰਦੇ ਹਾਂ, ਅਤੇ ਥੱਲੇ ਵਾਲੇ ਨਟ ਖੋਲਦੇ ਹਾਂ ਯਾਰ, ਆਹ ਵਾਲੇ ਇੱਥੇ ਫਸਾ ਕੇ ਦੇਣਾ ਜਲਬੇ, ਫਿੱਟ ਕਰਨੇ ਨੇ, ਔਨ ਹੋਣਗੇ ਕਿ ਨਹੀਂ ਹੋਣਗੇ ਤਾਂ ਮੈਨੂੰ ਵੀ ਨਹੀਂ ਪਤਾ। ਬਾਕੀ ਆ ਸਾਡੇ ਮਾਡਲ ਹੋ ਗਿਆ, ਮਿਲਖਾ ਹੋ ਗਿਆ, ਉਹ ਹੈ ਨਹੀਂ ਕਿਉਂਕਿ ਫਿਰ ਟੂਰਨਾਮੈਂਟ ਦੇਖਣ, ਅਤੇ ਕਹਿ ਰਿਹਾ ਪੈਦਾ ਵੀ ਕੋਈ ਹੱਲ ਨਹੀਂ ਕਰਿਆ ਯਾਰ। ਚੱਲ ਪਹਿਲਾਂ ਮਾੜਾ ਸਾਫ਼ ਕਰਦੇ ਹਾਂ ਟਾਇਰ ਟੂਲ 'ਚ, ਉਸ ਤੋਂ ਬਾਅਦ ਆਪਾਂ ਹਾਰਨ ਲਾ ਕੇ ਦੇਖਦੇ ਜੀ ਲੱਗੇ, ਹੈ ਨਾ, ਲੈ ਕੇ ਆਵਾਂ ਹਾਰਨ, ਫਿਰ ਖੋਲੇਗਾ। ਦੇਖੋ ਕਦੇ ਕਦੇ ਨਹੀਂ ਸੋਚਿਆ ਸੀ ਮੈਂ ਇੰਨੀ ਵੀ ਐਸ ਸਪਰੇਅ ਸਪਰੇਅ ਨਹੀਂ ਚੱਕੂੰਗਾ, ਕਦੇ ਸਪਰੇਅ ਨਾਲ ਸਾਫ਼ ਹੋ ਜਾਣਾ, ਬਸ ਇੱਕ ਹਾਰਨ ਚੱਲ ਪਿਆ ਆਪਣੇ, ਅਤੇ ਸੁਣੇ ਹੋਣਗੇ ਪੋਂ 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 ਪੋਂ, ਇਹ ਲਾ ਕੇ ਦੇਖਣੇ ਨੇ, ਅਤੇ ਚਾਬੀ ਮੈਨੂੰ ਪਤਾ ਨਹੀਂ ਯਾਰ ਕਿਹੜੀ ਲੱਗੂ, ਕਿਤੇ ਮੇਰੇ ਕੋਲ ਰੈਂਚ ਹੈਗਾ ਜੇ ਵਾਸਤੇ ਪਤਾ ਨਹੀਂ ਕੀ ਲੱਗੂ। ਬਾਕੀ ਪਹਿਲਾਂ ਉਹਨੂੰ ਸਾਫ਼ ਕਰਦੀ, ਕੱਪੜਾ ਲੈ ਕੇ ਨਹੀਂ ਆ, ਦੇਖੀ ਮੈਂ ਇੰਨਾ ਸਮਾਨ ਚੱਕ ਲਿਆ, ਉਹ ਤਾਂ ਸਾਨੂੰ ਪਾਜੇ ਤੂੰ ਹੈ। ਅਤੇ ਬਾਈ ਇੱਕ ਯਾਰ ਆਹ ਟਾਇਰ ਦੇਖੋ ਕਿਸ ਇੱਕ ਹਸਾ ਘਸੇ ਆ, ਹਾਨੀ ਮਿੱਟੀ ਉਹ ਲੱਗੀ ਹੋਈ ਆ ਇੰਨੀ, ਚਲੋ ਇਹ ਤਾਂ ਬਾਕੀ ਸਾਫ਼ ਹੋਜੂ। ਅਤੇ ਯਾਰ ਮੂਹਰਲਾ ਟਾਇਰ ਵੀ ਪਾਉਣਾ ਤਾਂ ਹੈਗਾ, ਕਾਫੀ ਜਣੇ ਕਮੈਂਟ ਵੀ ਆ ਰਹੇ ਯਾਰ ਕਾਹ ਲਾ ਦੀਏ ਨਾ ਟੇਪ। ਹਾਂ ਦੇਖੋ ਇਹ ਰੰਗ ਉਹਨਾਂ ਮੈਚ ਨਹੀਂ ਕਰ ਰਿਹਾ, ਬਾਕੀ ਔਰ ਉਹ ਖੜਜੇ ਵੀ ਗਈ ਤਾਂ ਲਾ ਰਹੇ ਹਾਂ, ਚਲ ਬਾਅਦ ਚਲਾਉਣੇ ਬਾਅਦ ਚਲਾਵਾਂਗੇ, ਬਾਕੀ ਉਹਨੂੰ ਸਾਫ਼ ਕਰ ਦਈਏ ਪਹਿਲਾਂ। ਧੋਤਾ ਤਾਂ ਹੈ ਉਹ ਨਹੀਂ, ਉਹ ਗੱਡੀ ਧੋਤੀ ਸੀਗੀ ਤਾਂ ਹੀ ਤਾਂ ਮਾੜਾ ਪਾਣੀ ਮਾਰਤਾ। ਇਹ ਉਹ ਨਹੀਂ ਹੈਗਾ ਚੀਕੂ, ਨਹੀਂ ਹੈਗਾ ਕੁਛ ਹੋਰ ਆ, ਇਹ ਚੀਕੂ ਨਹੀਂ ਹੈ, ਸਮੈਲ ਇਹੋ ਜਿਹੀ ਨਹੀਂ ਹੈਗੀ ਉਹਦੀ, ਚੀਕੂ ਬਣਿਆ ਹੋਇਆ ਉਹ ਪਹਿਲਾਂ ਵਾਲੀ ਦੀ ਸਮੈਲ ਚੀਕੂ ਵਰਗੀ। ਮਾਡਲ ਦੇਖਦਾ ਨਾ ਹੋਵੇ ਬਲੌਗ, ਇਹ ਆੜੂ ਆ, ਇਹ ਆੜੂ ਦੀ ਚੀਕੂ ਫਰਕ ਹੁੰਦਾ, ਬਸ ਫਿਰ ਉਹ ਬਰਾਊਨ ਬਰਾਊਨ ਜਿਹਾ। ਹਾਂ ਇੱਥੇ ਲੱਗਾ ਠੀਕ, ਥੈਂਕ ਯੂ, ਸਮੋਕ ਕੀਤੀ ਵਧੀਆ ਲੱਗਦੀ ਆ ਨਾ, ਚਮਕ ਰਿਹਾ ਲੈ, ਮੈਨੂੰ ਐਂ ਥੋੜ੍ਹਾ ਟਾਈਮ ਚਮਕੂ, ਪਰ ਫਿਰ ਵੀ 2 ਹਫ਼ਤੇ ਤਾਂ ਹੁਣ, ਹਫ਼ਤੇ ਤਾਂ ਹੋ ਹੀ ਗਿਆ, ਉਹ 1 ਹਫ਼ਤਾ ਹੋ ਗਿਆ, ਹਾਂ 1 ਹਫ਼ਤਾ ਹੋ ਗਿਆ, ਵਧੀਆ ਲੱਗ ਰਹੀ ਹੈ, 1 ਰੋਜ਼ ਤਾਂ ਸ਼ਾਇਦ ਵੱਧ ਹੋ ਗਿਆ ਵੇ, ਓਹੋ ਮੱਚ ਗਿਆ, ਹੈਂਡਲਾਂ ਦਾ ਵੀ ਮਾਰ ਰਿਹਾ, ਨਹੀਂ ਨਹੀਂ ਸੀਟ ਤੇ ਬਾਰ ਹੈਂਡ ਦੇ, ਬਸ ਸਰ ਦੂੰਗਾ ਇੱਕ ਵਾਰੀ, ਬਸ ਹੁਣ ਨਾ ਮਾਰ, ਹੁਣ ਇਹਨੂੰ ਮੈਂ ਮਾਰ ਦੂੰਗਾ, ਹੈਡ ਲਾਈਟ ਉਹ ਬੈਕ ਵਾਲੀ ਨੰਬਰ ਪਲੇਟ ਥੱਲੜੇ ਖੋਲੀਏ, ਥੱਲੜੇ ਉੱਪਰ ਵਾਲੇ, ਉੱਪਰ ਵਾਲੇ ਖੁੱਲਣਾ ਦੁੱਲੀ ਬਹਿਣਗੇ, ਇੰਨੀ ਕਤਾਰ ਜੱਟਾਂ ਦੀ, ਲਾਲ ਕੋਈ ਕੰਮ ਦੀ ਨਹੀਂ ਹੈਗੀ, ਲਾਲ ਸੜ ਦੇਣੀ ਹੈ ਕਿਉਂਕਿ ਰੰਗ ਹੀ ਖਰਾਬ ਕਰਦੀ ਹੈ, ਦੇਖੋ ਇੱਥੇ ਵੀ ਪੀਲੇ ਪਿਲੇ ਕਰਕੇ ਖਰਾਬ ਕਰਿਆ ਤਾਂ ਹੋਇਆ, ਪਰ ਆਪਾਂ ਸਿਰਫ ਕਾਲੀ ਤਾਰ ਯੂਜ਼ ਕਰਨੀ ਹੈ, ਤਾਂ ਪੰਗਾ ਇੱਕ ਇਹ ਆ ਵੀ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਕਿਹੜੀ ਤਾਰ ਹੈ, ਅਰਥਰੀ ਹੈ ਕਿ ਕਰੰਟ ਦੀ ਹੈ, ਬਸ ਆਹੀ ਪੰਗਾ, ਬਾਕੀ ਵਧੀਆ ਲੱਗਦੀ ਹੈ, ਦੇਖਦੀ ਨਹੀਂ ਹੈਗੀ ਦੁਆਲੀ ਤਾਰ, ਹਾਲਾਂਕਿ ਤਾਂ ਖੁੱਲ੍ਹੇ ਨਹੀਂ, ਮਾੜਾ ਜਨਮ ਇਹਨਾਂ ਦਾ ਅਰਥਾ ਜਿਹਾ ਦੇ ਦੇਵਾਂ ਜੀ, ਮੈਂ ਇਹਨਾਂ ਦਿੱਤਾ ਹੋਇਆ ਹਾਰਨ ਨੂੰ ਆ ਉਰੇ ਰੁਕਣ, ਅਤੇ ਲਓ ਵੀ ਮਿੱਤਰ ਇੱਕ ਹਾਰਨ ਤਾਂ ਸੈੱਟ ਕਰਤਾ, ਪਰ ਪੱਤੀ ਵੀ ਵਧੀਆ ਕਸਤੀ, ਬਾਹਲੀ ਟਾਇਰ ਨਹੀਂ ਕਸੀ ਕਿਉਂਕਿ ਹਲੇ ਫਿੱਟ ਕਰਨਾ, ਦੇਖੋ ਕੁਛ ਇਹੋ ਜਿਹਾ ਲੱਗੂਗਾ ਔਰ ਇਹ ਐਵੇਂ ਤਾਂ, ਬਾਕੀ ਦੂਰੋਂ ਲੁੱਕ ਦਿਖਾਈਆਂ, ਇਹ ਫੜ ਕੇ ਰੱਖਿਆ ਨਹੀਂ, ਇੰਨੇ ਬੁਰੇ ਵੀ ਲੱਗ ਰਹੇ ਪਰ ਥੋੜ੍ਹੇ ਥੋੜ੍ਹੇ ਲੱਗ ਵੀ ਰਹੇ ਨੇ, ਇੰਨੇ ਵੀ ਲੱਗ ਰਹੇ ਪਰ ਲੱਗ ਤਾਂ ਰਹੇ ਨੇ, ਨਹੀਂ ਲੱਗ ਤਾਂ ਰਹੇ ਨੇ, ਇੰਨੇ ਥੋੜ੍ਹੇ ਲੱਗ, ਕੋਈ ਨਹੀਂ ਥੋੜ੍ਹਾ ਟਾਈਮ ਲਾ ਕੇ ਰੱਖ ਲਿਆ ਫਿਰ ਲਾ ਦਾਂਗੇ, ਚਲੋ ਹੁਣ ਦੂਜਾ ਹਾਰਨ ਦਾ ਵੀ ਕੰਮ ਕਰਕੇ ਫਿਰ ਇਹਨੂੰ ਕੱਸਦੇ ਹਾਂ, ਆ ਜਾ ਤੇਰੀ ਕੰਮ, ਬਸ ਝਰੀਟ ਪਾਉਣ ਪਰ ਝਰੀਟ ਪਾ ਦੇ ਕਾ, ਫੜੀ ਇੱਥੋਂ ਫੜ ਲਾ ਕੋਈ, ਇੱਥੋਂ ਫੜਦਾ ਜਾ ਇੱਦਾਂ ਹੀ, ਤੈਨੂੰ ਐਂ ਕਿਹਾ ਵੀ ਮਾਰਨਾ ਦੀ ਨਾ ਮਤਲਬ ਐਂ ਸੀ, ਤੈਨੂੰ ਦਈ ਚਾ ਟੇਕੇ ਰੱਖ ਲਾ ਯਾਰ, ਪਤਾ ਨਹੀਂ ਕਿਹਦੀ ਆ ਗੱਲ ਸੁਣ ਲਾ, ਆਹ ਬਿਹਰੀ ਆਹ ਨਾ ਲਿਖ ਜਿੱਥੇ ਤੱਕ ਲਾਓ ਕੱਟਾ, ਇੱਧਰ ਇੱਧਰ ਆ ਗਿਆ ਤੂੰ, ਬਸ ਜਲਦੀ ਤੇਰਾ ਲਾਜ, ਸਮਝ ਗਾ ਬੋਲਦਾ ਨਹੀਂ ਮੈਂ, ਨਾਲੇ ਬੋਲਦਾ ਕਿ ਮੈਂ, ਬਾਕੀ ਜਿਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਪਤਾ ਹੋਊ, ਇੱਥੇ ਬੁਲੇਟ ਫੇਰਤਾ ਸੀ, ਚਲੋ ਬਾਕੀ ਜਿਹਨਾਂ ਨੂੰ ਨਹੀਂ ਪਤਾ ਜਾ ਕੇ ਵੀਡੀਓ ਦੇਖ ਲਿਓ, ਮੈਂ ਹਾਰਨ ਦਾ ਕੰਮ ਕਰਕੇ ਫਿਰ ਕੱਸ ਕੇ ਮਿਲਦੇ ਹਾਂ, ਅਤੇ ਬਾਕੀ ਹਾਰਨ ਤਾਂ ਅਸੀਂ ਕੱਸ ਲਏ, ਕਨੈਕਸ਼ਨ ਹੀ ਦਿੱਤੇ, ਤੁਸੀਂ ਦੱਸੋ ਬੁਰੇ ਤਾਂ ਨਹੀਂ ਲੱਗਦੇ, ਲੱਗਦੇ ਹੈਗੇ ਥੋੜ੍ਹੇ ਬਹੁਤੇ, ਕਿਉਂਕਿ ਉਹ ਕੀ ਇੱਕ ਬਾਜਾ ਉੱਪਰ ਨਹੀਂ ਚੱਲੇ, ਨਹੀਂ ਮਤਲਬ ਕਿਹੜੇ ਗੋਲਡਨ ਜਿਹਾ ਪਾਰਟ ਆ, ਇਹ ਬੁਰਾ ਲੱਗਦਾ ਨਾ ਸ਼ਾਇਦ, ਇਕੱਲੇ ਬਲੈਕ ਹੁੰਦੇ, ਜੇ ਇਕੱਲੇ ਬਲੈਕ ਹੁੰਦੇ ਫਿਰ ਸਹੀ ਸੀ, ਇਹਨੂੰ ਚਲਾ ਕੇ ਦੇਖੀ ਮਾੜਾ, ਇਹਨਾਂ ਨੇ ਹਾਰਨਾਂ ਦੀ ਤਾਰਾਂ ਕੱਢ ਕੇ ਉਹ ਚ ਪਾ ਕੇ ਦੇਖਦੇ ਹਾਂ, ਬਾਕੀ ਇਹਦਾ ਕਨੈਕਸ਼ਨ ਵੀ ਕਰਤਾ, ਇੱਧਰ ਹਾਰਨ ਚੱਲਦਾ, ਇੱਕ ਰੂਟਸ ਇੱਕ ਪਾਉਣ ਵਾਲਾ ਦੇਖਦੇ ਕਿਹੋ ਜਿਹੀ ਆਵਾਜ਼ ਆਉਂਦੀ ਹੈ, ਇਕੱਲਾ ਰੂਟਸ ਹੀ ਸੁਣਦਾ, ਪਾਉਣ ਵਾਲੀ ਤਾਂ ਆਵਾਜ਼ ਨਹੀਂ ਸੁਣਦੀ, ਉਹ ਇੱਕ ਹਾਰਨ ਇਹਦੇ ਮੂਹਰੇ ਇੰਨਾ ਚਿਰ ਤੱਕ ਉਹ, ਹੁਣ ਆਪਾਂ ਇੱਧਰਲਾ ਵੀ ਲਾ ਕੇ ਦੇਖਦੇ ਹਾਂ ਫਿਰ ਪਾਉਣ ਵਾਲੇ ਵੱਜਦੇ ਨੇ ਕਿ ਨਹੀਂ ਵੱਜਦੇ, ਚੱਲੇਗਾ ਤੇ ਨਹੀਂ
ਗੁਰਤਿਆਂ ਕਰੰਟ ਲੱਗੂ ਗੁਰਤਿਆਂ ਨੂੰ ਹੁਣ ਇਸ ਵਾਰ ਲੱਭ ਆਗ ਨਿਕਲ ਰਹੀ ਹੈ ਤਾਰਾ ਫੁੱਕ ਰਹੀਆਂ ਹੈ ਆ ਦੇਖੋ ਮੈਂ ਹੁਣ ਕਿਹਾ ਜੀ ਨਾ ਲਾਲ ਤਾਰਾ ਨਾਲ ਗੰਦ ਪੈ ਜਾਂਦਾ ਪਰ ਕੋਈ ਨਾ ਪੈ ਹੋ ਗਿਆ ਪਰ ਬਾਕੀ ਟੈਂਪਰੇਰੀ ਚਲਾ ਕੇ ਦੇਖਿਆ ਚਲ ਚਲਾ ਗੁਰਤਿਆਂ ਬਸ ਓਕੇ ਹਰ ਚੱਲ ਪਏ ਨੇ ਆਪਣੇ ਬਸ ਇੱਕ ਸੁੱਚ ਸੁੱਚ ਵੀ ਲਈ ਹੋਈ ਆਪਣੀ ਪੱਕੇ ਕਨੈਕਸ਼ਨ ਆਪਾਂ ਫੇਰ ਦੇਵਾਂਗੇ ਯਾਰ ਵੀ ਉੱਪਰ ਨੂੰ ਕਰਾਂਗੇ ਰੂਟ ਸੈਲ ਪੈਣਗੇ ਥੱਲੇ ਨੂੰ ਕਰਾਂਗੇ ਆਪਾਂ ਚੱਲ ਪੈਣਗੇ ਬਾਕੀ ਹੁਣ ਇੱਦਾਂ ਵੀ ਕਨੈਕਸ਼ਨ ਕਰ ਦਈਏ ਫੇਰ ਮਿਲਦੇ ਹਾਂ ਹੋਰ ਮਿਲ ਕੇ ਸਤਿ ਸ਼੍ਰੀ ਅਕਾਲ ਹੋਰ ਜਾਉਂਦਾ ਯਾਰ ਤਾਂ ਦੱਬ ਕੇ ਰੱਖ ਸੁਣਦੀ ਨੀ ਸਾਨੂੰ ਤਾਂ ਸੁਣੀ ਨੀ ਬਹੁਤ ਹੌਲੀ ਸੁਣੇ ਨੇ ਰੋਜ਼ ਹੁਣ ਮਾੜਾ ਮੋਟੋ ਬਲੌਗਿੰਗ ਕਰਕੇ ਦੇਖ ਰਹੇ ਹਾਂ ਵੀ ਕੀ ਮਾਹੌਲ ਹੈਗਾ ਮਾਡਲ ਦਾ ਤਾਂ ਚੜੀ ਮਾਡਲ ਦੇ ਅੰਦਰ ਚਿੱਡੀਆਂ ਕਰ ਸਕਦੇ ਆਪਾਂ ਦੇਖੋ ਪਲਟੀਨੇ ਪਲਟੂਨੇ ਦੀ ਬਦਲਾ ਦੇਣਾ ਇਹ ਪਲਟੀਨੇ ਤੇ ਜਾਂ ਗੱਡੀ ਦੇ ਅਸੀਂ ਕਿਸੇ ਨੂੰ ਜਾਂਦੇ ਜਾਂਦੇ ਸੌਦਾ ਮਾਰ ਕੇ ਆਈਏ ਚਾਰ ਸਾਲ ਵੇਚ ਦਿੰਦੇ ਹਾਂ ਨਾ ਵਧੀਆ ਨੀ ਲੱਗੇ ਜਵਾਕਾਂ ਨੂੰ ਹੁਣੇ ਲਾ ਦੇ ਹੁਣੇ ਲਾ ਦੇ ਕਰਤੀ ਬੇਇੱਜ਼ਤੀ ਚਲੋ ਜੀ ਹੁਣ ਮੈਂ ਮਿਲਖਾ ਤੇ ਬਲੈਗੀਆ ਜਾ ਰਹੇ ਹਾਂ ਨਾਲ ਦੇ ਪਿੰਡ ਕੁਲਫੀ ਖਾਣ ਚਲੋ ਜੀ ਆਈਸਕ੍ਰੀਮਾਂ ਲੈ ਲਈਆਂ 20 ਰੁਪਏ ਦੀ ਇੱਕ ਆਈਸਕ੍ਰੀਮ ਹੈ ਪਤਾ ਨੀ ਕਿਹੋ ਜਿਹੀ ਹੋਊਗੀ ਦੋ ਮੈਂ ਆਪ ਨੂੰ ਲਈਆਂ ਨੇ ਇੱਕ ਮਿਲਖ ਨੂੰ ਲੈਤੀ ਵਾ ਨਾ ਠੀਕ ਆ ਕੁਲਫੀ ਕੌਣ ਸੌਂਕ ਕੇ ਖਾਂਦਾ ਹੁੰਦਾ ਪਰ ਕੁਲਫੀ ਹੈ ਹੀ ਘੈਂਟ ਆ ਮੰਨੋ ਚਾਹੇ ਨਾ ਕੁਲਫੀ ਬਾਹਲੀ ਜਾਂਦਾ ਖਾ ਕੇ ਦੇਖ ਵਧੀਆ ਦੇਖਣ ਹਟਾਇਆ ਹੋਇਆ ਸੀ ਐਡਾ ਐਡ ਤਕੜਾ ਸਕਰੈਚ ਹੁਣ ਤੂੰ ਪਟਾਇਆ ਲਾ ਇਹਨੂੰ ਵਾਪਸ ਤੇ ਲਓ ਜੀ ਹੁਣ ਹੋ ਗਿਆ ਨੈਕਸਟ ਡੇ ਤੇ ਬਾਕੀ ਅੱਜ ਸਵੇਰ ਦਾ ਹੀ ਮਤਲਬ ਕਿ ਹਾਂ ਦੁਪਹਿਰ ਦਾ ਹੀ ਮੀਂਹ ਪੈ ਰਿਹਾ ਪਰ ਮੀਂਹ ਨਹੀਂ ਪੈ ਰਿਹਾ ਜਿਵੇਂ ਭੂਰ ਝੂਰ ਪੈ ਜਾਏ ਤਾਂ ਕਰਕੇ ਮੌਸਮ ਹੈ ਜਿਹਾ ਠੰਡਾ ਜਿਹੜਾ ਕਿ ਵਧੀਆ ਅਤੇ ਬਾਕੀ ਹੁਣ ਮੈਂ ਆਇਆ ਸੀਗਾ ਸ਼ਾਮ ਨੂੰ ਬਾਹਰੇ ਅਤੇ ਬਾਹਰੇ ਕੋਈ ਵੀ ਨਹੀਂ ਹੈਗਾ ਬਲੈਕੀ ਨੂੰ ਫੋਨ ਕਰਦਾ ਹੈਗਾ ਕਹਿੰਦਾ ਹਲੇ ਆਉਣਾ ਮੈਂ ਚਲੋ ਡੀਕਦੇ ਕਿਸੇ ਨੂੰ ਫਿਰ ਦਿਖਾਉਣਾ ਤੋਂ ਬਾਕੀ ਜਿਹੜੇ ਆਪਾਂ ਹਾਰਨ ਲਾਏ ਸੀ ਕੱਲ੍ਹ ਉਹ ਪਾਂ ਲਿਆ ਉਹ ਮੈਨੂੰ ਉਹਨੇ ਪਹਿਲਾਂ ਤਾਂ ਲਾਉਣੇ ਸੀ ਉਦੋਂ ਘੈਂਟ ਲਾ ਕੇ ਜਦੋਂ ਲਾ ਤੇ ਫਿਰ ਮੈਨੂੰ ਵਧੀਆ ਨਹੀਂ ਲੱਗੇ ਹੁਣ ਸ਼ਾਇਦ ਪੰਜ ਉਹਦਾ ਕਨੈਕਸ਼ਨ ਨਹੀਂ ਕਰਨਾ ਪਹਿਲਾਂ ਕਨੈਕਸ਼ਨ ਕਰਨਾ ਸੀ ਉਹਨੂੰ ਵੀ ਸੋਚਦੇ ਪਹਿਲਾਂ ਬੜੇ ਹਾਰਨ ਨਾਲ ਦੇ ਛੋਟੇ ਹਾਰਨ ਪਰ ਹੁਣ ਆਪਾਂ ਛੋਟੇ ਹਾਰਨ ਲਾ ਦੇਣੇ ਨੇ ਕਿਉਂਕਿ ਵਧੀਆ ਨਹੀਂ ਲੱਗਦਾ ਬੁਲਟ ਤਾਂ ਨਹੀਂ ਮਿਲਦਾ ਲਾ ਦੇ ਕੋਈ ਹੋਰ ਮੋਟਰ ਜਾਂਦਾ ਬਲਟੀਨ ਸਿਲੰਡਰ ਉਹਦੇ ਸ਼ਾਇਦ ਜੱਚਦੇ ਸੋ ਇਹਦਾ ਆਪਾਂ ਸ਼ਾਇਦ ਲਾ ਦਾਂਗੇ ਅਤੇ ਵੇਚ ਦਾਂਗੇ ਜੇ ਕਿਸੇ ਨੇ ਲੈਣੇ ਹੋਏ ਤੁਰੇ ਮੈਂ ਇਕੱਲਾ ਖੜਾ ਜੀ ਉਹ ਹਲ ਤਾਂ ਕੋਈ ਨਹੀਂ ਆਇਆ ਅਤੇ ਖੜੇ ਖੜੇ ਮੈਨੂੰ ਕਾਈਡੀ ਆਇਆ ਵੀਰੇ ਆਪਣੇ ਹਾਰਨੇ ਪਾਂਪ ਵਾਲੇ ਜੇ ਆਪਾਂ ਆਪਣੀ ਸਾਈਕਲ 'ਤੇ ਲਾ ਦਈਏ ਅਤੇ ਕਾਫੀ ਪੁਰਾਣੇ ਸਬਸਕ੍ਰਾਈਬਰ ਹੋਣਗੇ ਜਿਹਨਾਂ ਨੂੰ ਪਤਾ ਮੇਰੇ ਕੋਲ ਸਾਈਕਲ ਹੀ ਵੀ ਆ ਜਿਹੜੇ ਕਿ ਹੁਣ ਕੋਠੇ 'ਤੇ ਪਈਏ ਦਿਖਾਵਾਂ ਤੁਹਾਨੂੰ ਔਰ ਇੰਨੀ ਮਾੜੀ ਕੰਡੀਸ਼ਨ ਹੋਊ ਹੁਣ ਤਾਂ ਬਾਕੀ ਦੇਖੋ ਇੰਨੀ ਵੀ ਮਾੜੀ ਕੰਡੀਸ਼ਨ ਨਹੀਂ ਇਹਨੂੰ ਪਤਾ ਬਹੁਤ ਮੋਡੀਫਾਈ ਕੀਤਾ ਸੀ ਇਹਦੇ ਤੋਂ ਚੈਨਲ ਆਪਣਾ ਚੱਲਿਆ ਸੀਗਾ ਜਿਹਨਾਂ ਨੂੰ ਨਹੀਂ ਪਤਾ ਬਾਕੀ ਹੁਣ ਲਾ ਕੇ ਦੇਖਦੇ ਹਾਂ ਅੱਜ ਕੀ ਸਮੱਸਿਆ ਆਉਂਦੀ ਆ ਅਤੇ ਫਿਰ ਅਤੇ ਆਹ ਸੀਗੀ ਆਪਣੀ ਸਾਈਕਲ ਨੂੰ ਕਾਫੀ ਸਮੇਂ ਪਹਿਲਾਂ ਮੋਡੀਫਾਈ ਕੀਤਾ ਸੀ
पर जिदी की हुण हवा निकली पई मूर पिछे तो हैगी आ मूहरे जमें डेडा सो इन कुछ करिए अगर रहन दी दसो कमेंट करके छेड़िए या गने पी रहन दी हार हूने तो लाइए कि रहन दी मैंने मेरी सैकल लभ्या जी वे सैकल ही लभ्या जी मैंने मेरी उन्हें मॉडिफाइड करिए दोबारे मॉडिफाइड हाँ खोई तो नहीं सी और ब्रेक दी तार जी लग रही मैं थोड़े मैं लैके आया हाँ कहना खड़ी खड़ी सैकल छोटी हुई छोटी मैं दस तू ही टाइम बाद देखी है देख रहा मरगाड़ मरगूड़ जो लाए हुए ने सीट भी चेंज की पहले तिखी सीट होंगी साइकिलिंग वाली पर कंफर्टेबल नहीं सी तो बाकी तो पहला हवा भर लो फिर देखी जाऊगी कह जी एक राह तार कौन खिंची जाती मैं तू कि गई आ वाली ये सैट करके पाइं च पाऊगी फसन वाली वो बस बाकी हूँ तार फिट की हूँ ब्रेकिंग ला जानी ब्रेक वाला कैमरा जो करवा बू पर करवा नहीं है सट हवा भर के देख चलती है 16,000 की लादी थी बिल्ले 10,000 की लैनी है 100 रुपये कितने गल देख रहे कितने मारी है अच्छा मॉडल जब मैं फोन कराया तो नहाने लग जाएगा पक्का है ना चेसी ਬਾਕੀ ਗੇਅਰ ਤਾਂ ਸਭ ਤੋਂ ਬੇਕਾਰ ਪਿਆ ਹੋਇਆ ਤਾਰਾਂ ਨੂੰ ਜਰ ਲੱਗੀ ਪਈ ਹੈ ਗੇਅਰ ਪੈ ਨਹੀਂ ਰਿਹਾ ਉਹ ਲਾ ਦੇ ਇਹਨੂੰ ਜਿਹੜਾ ਮੋਟਰਸਾਈਕਲ ਚਾਹ ਨੂੰ ਲਾਉਣਾ ਹੁੰਦਾ ਲੁਬਰੀਕੈਂਟ ਯਾਰ ਸਾਡੇ ਪਰੇ ਕੀ ਕਰਨਾ ਇਹਦਾ ਘਰੇ ਖੜਾ ਕੇ ਆਉਂਦੇ ਹਾਂ ਜੇ ਤੁਸੀਂ ਡਿਮਾਂਡ ਕਰੋਗੇ ਸਹੀ ਕਰਨੀ ਤਾਂ ਕਰ ਦਾਂਗੇ ਨਹੀਂ ਰਹਿਣ ਦਾਂਗੇ ਕੋਈ ਐਡੀ ਜ਼ਰੂਰਤ ਹੈ ਨਹੀਂ ਹੁਣ ਇਹਦੀ ਪਰ ਵੇਚਣੀ ਨਹੀਂ ਹੈਗੀ ਇਹ ਮੈਂ ਤੋਂ ਹੀ ਕਰਦਾ ਸੀਗਾ ਅਤੇ ਇਹਦੇ ਕਰਕੇ ਆਪਣੇ ਚੈਨਲ ਚਲਾਈ ਸਭ ਤੋਂ ਪਹਿਲੀ ਵੀਡੀਓ ਉਹਦੀ ਚੱਲੀ ਸੀਗੀ ਆਪਾਂ ਲਾਈਵ ਵੀ ਬਣਾਏ ਸੀਗੇ ਜਿਹੜੇ ਕਿ ਯੂਟਿਊਬ 'ਤੇ ਕਿਸੇ ਨੇ ਨਹੀਂ ਬਣਾਏ ਹੋਏ ਸੀਗੇ ਉਹਦੇ ਕਰਕੇ ਫਿਰ ਆਪਣੀ ਵੀਡੀਓ ਚੱਲ ਪਈ ਉਸ ਤੋਂ ਬਾਅਦ ਫਿਰ ਆਪਾਂ ਬੋਲਟ ਰਿਹਾ ਹੋਰ ਬੋਲਟ ਚੱਲਣ ਲੱਗ ਗਿਆ ਹੁਣ ਹੋਰ ਕੀ ਲੈ ਕੇ ਲੋਕ ਕਹਿ ਰਹੇ ਸਪਲੈਂਡਰ 'ਤੇ ਕਹਿੰਦੇ ਜੀਪ ਜੀਪ ਥੋੜ੍ਹੀ ਜਿਹੀ ਜ਼ਿਆਦਾ ਉੱਤੇ ਹੋਏਗੀ ਸਪਲੈਂਡਰ ਦੇਖ ਰਿਹਾ ਮੈਂ 1,00,000 ਸਬਸਕ੍ਰਾਈਬਰ 'ਤੇ ਕੋਈ ਹੱਲ ਲੱਗ ਰਿਹਾ ਜੀ ਕੀ ਹੁਣ ਸਪਲੈਂਡਰ ਵੇਚਣਾ ਬਾਈ ਜਵਾਬ ਆ ਬਾਕੀ ਨੂੰ ਖੜਾ ਕੇ ਆਏ ਯਾਰ ਘਰੇ ਨਾ ਚੱਲ ਬਿੱਲੇ ਚਲਾ ਕੇ ਦੇਖ ਲੈ ਦੇਖਣੀ ਆ ਲਓ ਯਾਰ ਦੇਖੋ ਪਹਿਲੇ ਦਿਨ ਔਖੜ ਲੱਗ ਗਈ ਜੀ ਜ਼ਿਆਦਾ ਔਖੜੀ ਤਾਂ ਹੈ ਨਹੀਂ ਪਰ ਮੈਨੂੰ ਆਇਆ ਵਿੱਚ ਪਾਣੀ ਦਾ ਜਲਦੀ ਫਿਰ ਕੰਮ ਖਰਾਬ ਹੋ ਚੱਲੀਏ ਆਪਾਂ ਜਾ ਕੇ ਆਈਏ ਮਾੜੀ ਮਾੜੀ ਟੇਪ ਲਵਾ ਲਿਆ ਆ ਜਾਓ ਇਹ ਕਹਿੰਦਾ ਥੋੜ੍ਹੀ ਹੋਰ ਕੱਟਣ ਵਾਲੀ ਆ ਵੱਧ ਖਰਾਬ ਨਾ ਹੋਏ ਦੁਬਾਰਾ ਔਖੜੀ ਫਿਰ ਬਾਕੀ ਥੋੜ੍ਹੀ ਥੋੜ੍ਹੀ ਕਟਿੰਗ ਕਰਾ ਲਈ ਹੋਣਾ ਆ ਵੀ ਦੁਬਾਰਾ ਨਾ ਔਖੜ ਜੇ ਔਖੜ ਗਿਆ ਫਿਰ ਟੇਪ ਕਰਾਉਣੇ ਫਿਲਹਾਲ ਤਾਂ ਹੀ ਸਰ ਗਿਆ ਬਾਕੀ ਇੱਕ ਇੱਥੇ ਯੰਕ ਯਾਰਡ ਸਟੋਰ ਜਿਹਨੂੰ ਕਬਾੜ ਵੀ ਕਹਿੰਦੇ ਨੇ ਉਹ ਹੈਗਾ ਇੱਥੇ ਦੇਖ ਕੇ ਆਉਣਾ ਵੀ ਇਲੈਕਟਰ ਦਾ ਮਰਗਾੜ ਮਿਲਦਾ ਕਹਿੰਦੇ ਜੀ ਸਲੰਸਰ ਤਾਂ ਹੈਗਾ ਵੋਲਟਰ ਦਾ ਕੋਈ ਪੁਰਾਣਾ ਪਰ ਮਰਗਾੜ ਨਹੀਂ ਹੈਗਾ ਸੋ ਆਪਾਂ ਨੂੰ ਚਾਹੀਦੇ ਮਰਗਾੜ ਆ ਪਹਿਲਾਂ ਮੈਂ ਕਹਿਣ ਲੱਗੇ ਦਿਖਾ ਦਿਓ ਸਲੰਸਰ ਬਾਅਦ 'ਚ ਯਾਦ ਆਇਆ ਵੀ ਜੇ ਮੈਂ ਕਰੂੰਗੀ ਸਲੰਸਰ ਕੋਲ ਪਹਿਲੀ ਵਾਧੂ ਪਏ ਨੇ ਸਲੰਸਰ ਦਾ ਕੋਈ ਕੰਮ ਨਹੀਂ ਆਪਣਾ ਮਰਗਾੜ ਚਾਹੀਦਾ ਸੀ ਜੋ ਕਿ ਮਿਲਿਆ ਨਹੀਂ ਹੁਣ ਕਦੋਂ ਸਭ ਤੋਂ ਤਕੜਾ ਨਹੀਂ ਮਤਲਬ ਕਿ ਇੱਦੋਂ ਤਕੜਾ ਵੀ ਹੈਗਾ ਉੱਥੇ ਜਾਈਏ ਕਿ ਨਾ ਜਾਈਏ ਤੁਸੀਂ ਕਮੈਂਟ ਕਰਕੇ ਦੱਸੋ ਮੜਗਾੜ ਲੱਭਣ ਕਿਉਂਕਿ ਦੁਕਾਨਾਂ ਤੋਂ ਤਾਂ ਮਿਲ ਨਹੀਂ ਰਿਹਾ ਚਲੋ ਜੀ ਮੜਗਾੜ ਤਾਂ ਮਿਲਿਆ ਨਹੀਂ ਪਰ ਮੈਂ ਇੱਕ ਝੱਗਾ ਲੈ ਲਿਆ ਝੱਗਾ ਜੀ ਹੁੰਦਾ ਸ਼ਰਟ ਟੀ ਸ਼ਰਟ ਹੁੰਦੀ ਆ ਝੱਗਾ ਕਹਿਣ 'ਚ ਨਜ਼ਰ ਆਉਂਦਾ ਆਹ ਦੇਖੋ ਆਹ ਵਾਲਾ ਕਲਰ ਅਮੀਰੀ ਟ੍ਰੈਂਡਿੰਗ ਅਮੀਰੀ ਲੈ ਲਿਆ ਅਮੀਰੀ ਤਾਂ ਵੀ ਪਾ ਲੈਂਦੇ ਹਾਂ ਗਰੀਬੀ ਭਾਵੇਂ ਗਈ ਨਹੀਂ ਹਲੇ ਅਮੀਰੀ ਭਾਵੇਂ ਗਈ ਨਹੀਂ ਹਲੇ ਗਰੀਬੀ ਤਾਂ ਵੀ ਪਾ ਲੈਂਦੇ ਹਾਂ ਚਲੋ ਜੀ ਹਾਰਨ ਵਾਲਾ ਜਲੂਸ ਇੰਨਾ ਜਲੂਸ ਵੀ ਲੱਗਦਾ ਠੀਕ ਲੱਗਦਾ ਮਤਲਬ ਕਿ ਥੋੜ੍ਹਾ ਤਾਂ ਬੁਰਾ ਹੀ ਲੱਗਦਾ ਚਲੋ ਫਿਲਹਾਲ ਆਪਾਂ ਚੱਲਦੇ ਹਾਂ ਘਰੇ ਅਤੇ ਘਰੇ ਜਾ ਕੇ ਕੀ ਕਰੀਏ ਯਾਰ ਸਹੀ ਨਹੀਂ ਕੀਤਾ ਮੇਰੇ ਹਿਸਾਬ ਨਾਲ ਇਹ ਉਖੜੂਗਾ ਜੇ ਉਖੜਿਆ ਫਿਰ ਟੇਪ ਲਵਾਵਾਂਗੇ ਤਾਂ ਬੁਰੀ ਲੱਗੂ ਯਾਰ ਹੈ ਨਾ ਹੈ ਨਾ ਸਹੀ ਨਹੀਂ ਕੀਤਾ ਉਹਨੇ ਵੈਸੇ ਉੱਦਣ ਦਾ ਉਖੜਿਆ ਤਾਂ ਨਹੀਂ ਉੱਦਣ ਦੇ ਇੰਨਾ ਕੇ ਸੀਗਾ ਜੇ ਵੱਧ ਉਖੜਿਆ ਫਿਰ ਆਪਾਂ ਟੇਪ ਲਵਾ ਦਾਂਗੇ ਨਹੀਂ ਐਡੇ ਕੋਈ ਚੱਕਰ ਨਹੀਂ ਦੇਖੀ ਜਾਓ ਬਾਕੀ ਆ ਫਿਰ ਮੈਂ ਪਾ ਕੇ ਆਇਆ ਦੇਖੋ ਐ ਲੱਜੇ ਮੈਂ ਰੰਗ ਕਰਦਾ ਸੀ ਰੰਗ ਕਰਦੇ ਕਰਦੇ ਛਿੱਟੇ ਪੈ ਗਏ ਇੱਧਰ ਮੇਰੇ ਲਵੀ ਵੀ ਆਹੀ ਜੀ ਨਾ ਆਪਾਂ ਬਰਥਡੇ ਵਾਲੇ ਦਿਨ ਪਾਉਣੀ ਆਪਣੇ ਬਰਥਡੇ ਇਹ ਮੈਂ ਤੇ ਦੇਖ ਲਓ 50 ਰੁਪਏ ਸਸਤੀ ਲੈ ਆ ਚਲੋ ਆਪਾਂ ਬਰਥਡੇ ਵਾਲੇ ਦਿਨ ਵੇ ਉੱਥੇ ਪਹਿਲਾਂ ਮੈਂ ਲਿਆ ਐਕਸਲ ਸਾਈਜ਼ ਮੈਂ ਐਕਸਲ ਛੋਟਾ ਰਿਹਾ ਮੈਂ ਡਬਲ ਐਕਸਲ ਚੱਕ ਲਿਆ ਪਰ ਡਬਲ ਐਕਸਲ ਵਧੀਆ ਲੱਗਦਾ ਪੂਰਾ ਜੇ ਐਕਸਲ ਚੱਕ ਲਿਆ ਹੁਣ ਫਿਰ ਉਹ ਮੋੜ ਕੇ ਆਉਣੀ ਪੈਂਦੀ ਹਾਂ ਹੋਏ ਨਹੀਂ ਦਿਖਾਈ ਆ ਦੇਖੋ ਕਿਤੇ ਬਾਕੀ ਅੱਖਰ ਲਗਾ ਦਿੰਦੇ ਆ ਪਹਿਲਾਂ ਇਹ ਕੀ ਨਾਂ ਤਰਾ ਇਹ ਹਜੇ ਦਿਖਦਾ ਸੀਗਾ
ਰਹਿਣਾ ਹੁਣ ਫੈਰਨ ਲਵਲੀ ਲਾਲੀ ਹੁਣ ਇਹ ਜਿਹਾ ਦੇਖਣ ਲੱਗ ਗਿਆ ਕਿ ਐਡੀਟਿੰਗ ਕਰਾ ਕੇ ਦੇਖਣ ਦਾ ਹਾਰ ਕਰ ਚਿੱਟਾ ਕਰਾ ਲਿਆ ਅਸਲ ਚ ਜਾ 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 ਤੰਗ ਪਈ ਉਹ ਹਾਰ ਜੋ ਮੈਨੂੰ ਤਾਂ ਬੋਲਦਾ ਤੇਰੇ ਮਾਰਿਆ ਸੀ ਮੈਂ ਮਾਰਿਆ ਸੀ ਤੇਰੇ ਮਾਰਿਆ ਸੀ ਮੈਂ ਉਹ ਹਾਰ ਜਾ उतर के लड़ ला तू मोटर खेलना सवाल लड़ा उन्हें लगा हुआ वार्ड में गोते हैं सीरियस होता हुआ डरपोकड़ जा बुला गया बुला गया जवाक तो जोर दिखाता हुआ मॉडल क्यों कट रहे थे दिमाग दे दस पहला की क्या जाने तेनू इन्हें कुछ अपशब्द कहे थे तेनू गोरता ना हरामी बोल रहा साउथ दूर ना समझो कुछ अपशब्द बोल रहा दिया है ओ नहीं छोड़ दे कहने ना ओरे 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 छोड़ता बाकी फिर अज का ब्लॉग पूरी एंड करते हैं कि शाम होने वाली हूँ तुम मिलेंगे नवे ब्लॉग च कमेंट करके दसो भी अगले ब्लॉग च की करिए वाले हारन का भला देने मैंने पसंद नहीं आए क्योंकि बड़े छोटे ने पहले बड़े उच्चे लाते दिखाने हूँ मूह डायरेक्शन इधर करती है ना मूर तारे घट सुनते हैं सो बुलट तो अपने रूट से जजते हैं कनैक्शन दोबारा कनैक्शन करने की लड़ी तारे चाहिए तो चलो जी फिर मिलता था नवे ब्लॉग तक लेकर बड़ा डाटा।